ਬਾਈਕ ਅਤੇ ਕਾਰ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ ਜਿਸ ਦੇ ਨਾਲ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਗੰਭੀਰ ਰੂਪ ਦੇ ਵਿੱਚ ਬਾਈਕ ਸਵਾਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਹਾਦਸਾ ਗੁਰਦਾਸਪੁਰ ਦੇ ਮਿਲਕ ਪਲਾਂਟ ਚੌਂਕ ਤੇ ਹੋਇਆ। ਦੋਵੇਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਕਾਰ ਚਾਲਕ ਮਨਜੀਤ ਸਿੰਘ ਪਿੰਡ ਮੁੰਦਰਾ ਵਾਲਾ ਨਿਵਾਸੀ ਰਾਮਦਾਸ ਜੋ ਪਰਿਵਾਰ ਸਮੇਤ ਗੁਰਦਾਸਪੁਰ ਦੇ ਬਾਠ ਸਾਹਿਬ ਵਿਖੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾ ਰਹੇ ਸੀ ਤਾਂ ਗੁਰਦਾਸਪੁਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਦ ਉਹ ਮਿਲਕ ਪਲਾਂਟ ਚੌਂਕ ਤੇ ਪਹੁੰਚੇ ਤਾਂ ਸਾਹਮਣੇ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਹ ਜ਼ਖਮੀ ਹੋਇਆ। ਕਾਰ ਦਾ ਵੀ ਕਾਫੀ ਨੁਕਸਾਨ ਹੋਇਆ। ਮੌਕੇ ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਜਦਕਿ ਦੂਜੇ ਪਾਸੇ ਬਾਈਕ ਸਵਾਰ ਨੌਜਵਾਨ ਦੀ ਪਹਿਚਾਣ ਅਸ਼ਵਨੀ ਕੁਮਾਰ ਨਿਵਾਸੀ ITI ਵਜੋਂ ਹੋਈ ਜਿਸ ਦੇ ਚਚੇਰੇ ਭਰਾ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਭਰਾ ਦੀ ਉਮਰ 20 ਸਾਲ ਦੀ ਹੈ ਜੋ ITI ਕਲੋਨੀ ਤੋਂ ਗੁਰਦਾਸਪੁਰ ਕੰਮ ਤੇ ਜਾ ਰਿਹਾ ਸੀ। ਮਿਲਕ ਪਲਾਂਟ ਚੌਂਕ ਤੇ ਸਾਹਮਣੇ ਕਾਰ ਦੇ ਨਾਲ ਉਸਦੀ ਭਿਆਨਕ ਟੱਕਰ ਹੋਈ ਜਿਸ ਦੇ ਨਾਲ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ। ਪ੍ਰਾਈਵੇਟ ਹਸਪੀਟਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਤਾਂ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਆਰੋਪ ਲਗਾਏ ਜਾ ਰਹੇ ਨੇ। ਫਿਲਹਾਲ ਕੌਣ ਸੱਚ ਬੋਲਦਾ, ਕੌਣ ਝੂਠ, ਕੌਣ ਸਹੀ ਹੈ ਤੇ ਕੌਣ ਗਲਤ, ਇਸ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਕੀ ਕਿੱਦਾਂ ਐਕਸੀਡੈਂਟ ਹੋਇਆ? ਨਹੀਂ ਭਾਜੀ, ਮਤਲਬ ਕਿ ਬਾਅਦ ਵਿੱਚ ਆਏ ਤੇ ਬੱਚੇ ਲੈ ਕੇ ਜਾਂਦੇ ਪਏ ਸੀ ਨਾ ਗੱਡੀ 'ਚ। ਗੱਡੀ ਵਾਲਾ ਇੱਧਰੋਂ ਜਾਂਦਾ ਪਿਆ ਸੀ, ਇਹ ਮੋਟਰਸਾਈਕਲ ਵਾਲਾ ਉੱਧਰੋਂ ਆਉਂਦਾ ਪਿਆ ਸੀ। ਦੋਨੇ ਰਫ਼ਤਾਰ ਸੀ? ਦੋਨੇ ਗੱਡੀਆਂ ਤੇਜ਼ ਸੀ, ਮੋਟਰਸਾਈਕਲ ਵੀ ਤੇਜ਼ ਸੀ ਤੇ ਗੱਡੀ ਵੀ ਤੇਜ਼ ਸੀ। ਤੇ ਮੁੰਡਾ ਬਚਾਅ ਹੋਇਆ ਕਿ ਜਾਂ? ਨਹੀਂ, ਉਹਦੀ ਲੱਤ, ਮੇਰੇ ਹਿਸਾਬ ਨਾਲ ਲੱਤ ਗਈ ਹੈ ਨਾਲ। ਲੱਤ ਗਈ ਹੈ? ਹਾਂਜੀ, ਹੱਡੀ ਦੇ ਬਾਹਰ ਆ ਗਈ ਸੀ ਸਾਰੀ ਉਹਦੀ। ਅੱਛਾ, ਹਾਂਜੀ ਭਾਜੀ, ਕੀ ਵੇਖਿਆ ਸੀ? ਵੇਖਿਆ ਗੱਡੀਆਂ ਦੋਵੇਂ ਤੇਜ਼ ਸੀ, ਇੱਕ ਤਾਂ ਤੇਜ਼ ਵੀ ਤੇ ਆ ਗਿਆ, ਐਕਸੀਡੈਂਟ ਹੋ ਗਿਆ ਤੇ ਬੱਚੇ ਲੈ ਆ ਕੇ ਗੱਡੀ, ਅਸੀਂ ਤਾਂ ਬੱਚੇ ਲੈ ਕੇ ਆਉਂਦੇ ਪਏ ਸੀ ਤੇ ਮੌਕੇ ਦੇ ਹਾਂਜੀ ਲੱਤ ਗਈ, ਲੱਤ ਨਾਲ ਹੱਡੀ ਬਾਹਰ ਆ ਗਈ ਸਾਰੀ ਸਾਰੀ ਉਹਦੀ, ਪੂਰੀ ਬਾਹਰ ਆ ਗਈ ਸੀ ਉਹਦੀ। ਕਿੱਦਾਂ ਹੋਇਆ ਐਕਸੀਡੈਂਟ? ਰੋਂਗ ਦਾ ਪੌਂਡ ਆ ਇਹ ਵੀ। ਇੱਧਰੋਂ ਨਾ ਇੱਕ ਮੋਟਰਸਾਈਕਲ ਆਇਆ ਆ ਤੇ ਅਸੀਂ ਤੇ ਬਾਅਦ ਚ ਆਏ ਹਾਂ ਤੇ ਇੱਕ ਪਾਸੋਂ ਗੱਡੀ ਆ ਰਹੀ ਸੀ, ਮੋਟਰਸਾਈਕਲ ਇੱਕ ਫੇਸ ਵਿੱਚ ਆ ਕੇ ਤੇ ਗੱਡੀ ਦੇ ਵਿੱਚ ਬੱਚਾ ਹੇਠ ਬੈਠਾ ਆ ਤੇ ਮੌਕੇ ਤੇ ਅਸੀਂ ਪਹੁੰਚੇ ਹਾਂ। ਕਿੰਨੇ ਬੰਦੇ ਸੀ? ਇਹ ਮੋਟਰਸਾਈਕਲ ਦੇਖ ਜਾਣਾ ਹੈਗਾ ਜੀ। ਹਾਲਤ ਕਿੱਦਾਂ ਇਹਦੀ? ਹਾਲਤ ਜਿਹੜੀ ਲੱਤ ਜਿਹੜੀ ਫ੍ਰੈਕਚਰ ਹੋ ਚੁੱਕੀ ਜ਼ਿਆਦਾ ਤੇ ਹੁਣ ਭੇਜਦਾ ਸਰਕਾਰੀ ਹਸਪਤਾਲ ਭੇਜਦਾ ਇਹਨਾਂ ਨੂੰ ਐਂਬੂਲੈਂਸ ਦੇ। ਕੋਈ ਪਛਾਣ ਹੋਈ ਹੈ ਜੀ? ਪਛਾਣ ਨਹੀਂ ਹਾਲ ਤੱਕ ਹੋਈ ਜੀ, ਉਹਦੇ ਬਾਰਸ਼ ਆ ਗਏ ਆ। ਗੱਲ ਹੋਈ ਆ ਤੇ ਕਿੱਦਾਂ ਐਕਸੀਡੈਂਟ ਹੋਇਆ ਸਾਰਾ, ਕੀ ਕੀ ਕਹਾਣੀ ਆ? ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਸੀ, ਮੁੰਡਾ ਰੌਂਗ ਸਾਈਡ ਤੋਂ ਆ ਰਿਹਾ ਸੀ ਤੇ ਸਪੀਡ ਜ਼ਿਆਦਾ ਹੋਣ ਕਰਕੇ ਉਹਨੂੰ ਪੁਲਿਸਾਂ ਕੰਟਰੋਲ ਨਹੀਂ ਹੋਇਆ ਤੇ ਉਹ ਗੱਡੀ ਦੇ ਗੇੜਾ ਹੇਠ ਪੜ ਗਿਆ ਤੇ ਉਹਨੂੰ ਹੋਸਪਿਟਲ ਭੇਜ ਦਿੱਤਾ। ਪਤਾ ਲੱਗਾ ਮੁੰਡਾ ਕਿੱਥੋਂ ਦਾ? ਮੁੰਡਾ ਲੋਕਲ ਹੀ ਹੈ ਜੀ, ਕਹਿੰਦੇ ਗੁਰਦਾਸਪੁਰ ITI ਛੇੜਦਾ ਜੀ। ITI ਛੇੜਦਾ ਜੀ? ਕਿੱਥੇ, ਕਿਹੜੇ ਹਸਪਤਾਲ ਭੇਜਿਆ? ਇਹ ਦਿਓਲ ਹਸਪਿਟਲ ਭੇਜਿਆ ਜੀ ਮੁੰਡੇ ਨੂੰ। ਦਿਓਲ ਹਸਪਿਟਲ ਭੇਜਿਆ? ਸੱਟ ਲੱਗੀ ਮੁੰਡੇ ਦੇ? ਮੁੰਡੇ ਦੇ ਕਹਿੰਦੇ ਸੱਟ ਲੱਗੀ ਹੈ ਜੀ ਤੇ ਉਹ ਬਾਕੀ ਉਹ ਡਾਕਟਰੀ ਜੋ ਦੱਸਣਗੇ ਉਸ ਮੁਤਾਬਕ ਉਹਦੀ ਕਾਰਵਾਈ ਕਰਦੇ।